ਰਾਸਤ ਟੀਵੀ ਵੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕੈਨੇਡਾ ਨਿਊਜ਼ ਦੇ ਇਸ ਬੁਲੇਟਿਨ ਦੇ ਨਾਲ ਮੈਂ ਨਿਸ਼ੂ ਹਾਜ਼ਰ ਹਾਂ। ਇਸ ਬੁਲੇਟਿਨ ਦੇ ਸਪੌਂਸਰ ਨੇ ਦੁਆਬਾ ਸਵੀਟਸ ਐਂਡ ਰੈਸਟੋਰੈਂਟਸ, ਦਰਕਾਰ ਲੌਜਿਸਟਿਕ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ 'ਚ ਕੀਤੀ ਕਟੌਤੀ। ਕੈਨੇਡਾ 'ਚ ਇਮੀਗ੍ਰੇਸ਼ਨ ਨਿਯਮਾਂ ਦਾ ਮੁੱਦਾ ਗਰਮਾਇਆ ਹੋਇਆ ਟਰੂਡੋ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਨੇ। ਇਸ ਦੇ ਚੱਲਦੇ ਕੈਨੇਡਾ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਕੈਨੇਡਾ ਦੀ ਜਸਟਿਨ ਟਰੂਡੋ ਦੀ ਗੌਰਮੈਂਟ ਨੇ ਵਿਦੇਸ਼ੀ ਸਟੂਡੈਂਟਸ ਲਈ ਕੰਮ ਦੇ ਘੰਟੇ ਘਟਾ ਦਿੱਤੇ ਨੇ, ਜਿਸ ਕਾਰਨ ਹੁਣ ਉਹਨਾਂ ਲਈ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਜਾਣਗੇ। ਕੈਨੇਡੀਅਨ ਗੌਰਮੈਂਟ ਘਰ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ, ਜਿਸ ਲਈ ਉਹ ਨਵੇਂ ਨਿਯਮ ਬਣਾ ਰਹੀ ਹੈ। ਤਾਜ਼ਾ ਬਦਲਾਅ ਵੀ ਇਸ ਤੋਂ ਪ੍ਰੇਰਿਤ ਜਾਪਦਾ ਹੈ, ਜਿਸ ਨਾਲ ਭਾਰਤੀਆਂ ਲਈ ਆਰਥਿਕ ਸੰਕਟ ਪੈਦਾ ਹੋ ਸਕਦਾ ਹੈ। ਨਵੇਂ ਨਿਯਮਾਂ ਤਹਿਤ ਪ੍ਰਵਾਸੀ ਵਿਦਿਆਰਥੀ ਕੈਨੇਡਾ 'ਚ ਹਫ਼ਤੇ 'ਚ ਸਿਰਫ 24 ਘੰਟੇ ਹੀ ਕੰਮ ਕਰ ਸਕਦੇ ਨੇ, ਹਾਲਾਂਕਿ ਇਹ 20 ਘੰਟਿਆਂ ਦੇ ਪਿਛਲੇ ਨਿਯਮ ਨਾਲੋਂ 4 ਘੰਟੇ ਵੱਧ ਹੈ। ਪਰ ਇਹ ਨਿਯਮ ਕੋਰੋਨਾ ਦੌਰਾਨ ਖਤਮ ਕਰ ਦਿੱਤੇ ਗਏ ਸੀ। ਅਪ੍ਰੈਲ ਵਿੱਚ ਇੱਕ ਰਿਲੀਜ਼ ਜਾਰੀ ਕਰਦੇ ਇਮੀਗ੍ਰੇਸ਼ਨ ਰਿਫਿਊਜ਼ਿਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਹੈ ਕਿ ਅਸੀਂ ਦੇਖਿਆ ਹੈ ਕਿ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਦੇ ਸਮੇਂ ਜ਼ਿਆਦਾ ਕੰਮ ਕਰਦੇ ਨੇ, ਇਸ ਕਾਰਨ ਉਹਨਾਂ ਦੇ ਅਕਾਦਮਿਕ ਨਤੀਜੇ ਚੰਗੇ ਨਹੀਂ ਨੇ। ਇਸ ਬਦਲਾਅ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੀ ਵਿੱਦਿਅਕ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਕੈਨੇਡਾ ਦੀ ਸਰਕਾਰ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਕ ਮਿਲਰ ਦੇ ਬਿਆਨਾਂ ਤੋਂ ਹੋਈ ਹੈ। ਮਿਲਰ ਨੇ ਕਿਹਾ ਕਿ ਕੈਨੇਡਾ ਦੇ ਨਿਯਮਾਂ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ, ਸਾਡੇ ਨਿਯਮ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਨੇ। ਐਨਡੀਪੀ ਨੇਤਾ ਜਗਮੀਤ ਸਿੰਘ ਨੇ ਅਗਲੀ ਰਣਨੀਤੀ ਲਈ ਮੌਂਟਰੀਅਲ ਵਿੱਚ ਬੁਲਾਈ ਬੈਠਕ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨਾਲ ਡੀਲ ਖਤਮ ਕਰਨ ਦੇ ਕੁਝ ਹੀ ਦਿਨਾਂ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ ਮੌਂਟਰੀਅਲ ਵਿੱਚ ਆਪਣੇ ਸੰਸਥਾ ਨਾਲ 3 ਦਿਨਾਂ ਰਣਨੀਤੀ ਸ਼ਾਸਨ ਆਯੋਜਿਤ ਕਰ ਰਹੇ ਨੇ। ਜਗਮੀਤ ਸਿੰਘ ਸੰਸਦ ਦੀ ਸ਼ਬਦਕਾਲੀਨ ਬੈਠਕ ਦੀ ਤਿਆਰੀ ਕਰਨ ਅਤੇ ਸਥਾਨਕ ਉਪ ਚੋਣ ਵਿੱਚ ਲਿਬਰਲ ਸੀਟ 'ਤੇ ਦਾਅਵਾ ਕਰਨ ਲਈ ਅੰਤਿਮ ਕੋਸ਼ਿਸ਼ ਕਰਨ ਲਈ ਆਪਣੇ 23 ਸੰਸਥਾ ਦੇ ਕਾਕਸ ਨੂੰ ਪ੍ਰਧਾਨ ਮੰਤਰੀ ਦੇ ਹੋਮ ਟਾਊਨ ਲੈ ਕੇ ਆਏ ਨੇ। ਮੰਗਲਵਾਰ ਅਤੇ ਵੀਰਵਾਰ ਦੇ ਵਿਚਕਾਰ ਫੈਡਰਲ ਨਿਊ ਡੈਮੋਕ੍ਰੇਟਸ ਨਾਲ ਮਹੀਨਿਆਂ ਲਈ ਪਾਰਟੀ ਦੀ ਰਾਜਨੀਤਿਕ ਰਣਨੀਤੀ ਬਣਾਉਣ ਲਈ ਬੰਦ ਦਰਵਾਜ਼ਾ ਬੈਠਕ ਕਰਨਗੇ। ਪਿਛਲੇ ਹਫ਼ਤੇ ਸਪਲਾਈ ਐਂਡ ਕੌਨਫੀਡੈਂਸ ਡੀਲ 'ਚੋਂ ਆਪਣੀ ਪਾਰਟੀ ਨੂੰ ਬਾਹਰ ਕੱਢਣ ਦੇ ਜਗਮੀਤ ਸਿੰਘ ਦੇ ਫੈਸਲੇ ਇਸ ਪ੍ਰਕਿਰਿਆ ਵਿੱਚ ਘੱਟ ਗਿਣਤੀ ਲਿਬਰਲ ਪਾਰਟੀ ਨੂੰ ਐਡਵਾਂਸ ਨੋਟਿਸ ਦਿੰਦੇ ਹੋਏ ਰਣਨੀਤਿਕ ਦ੍ਰਿਸ਼ ਨੂੰ ਕਾਫ਼ੀ ਹੱਦ ਤੱਕ ਬਦਲ ਦਿੱਤਾ ਹੈ। ਐਨਡੀਪੀ ਦੇ ਸਾਥ ਛੱਡਣ ਤੋਂ ਬਾਅਦ ਪੀਐਮ ਜਸਟਿਨ ਟਰੂਡੋ ਨੂੰ ਇੱਕ ਹੋਰ ਝਟਕਾ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਐਨਡੀਪੀ ਵੱਲੋਂ ਸਾਹ ਛੱਡਣ ਤੋਂ ਬਾਅਦ ਟਰੂਡੋ ਗੌਰਮੈਂਟ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਪਾਰਲੀਮੈਂਟ ਮੈਂਬਰਸ ਨਾਲ ਉਹਨਾਂ ਦੀ ਅਹਿਮ ਬੈਠਕ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਪਾਰਟੀ ਅੰਦਰੋਂ ਵੀ ਟਰੂਡੋ ਨਿਰਾਸ਼ਾ ਮਹਿਸੂਸ ਕਰ ਰਹੇ ਨੇ। ਲਿਬਰਲ ਪਾਰਟੀ ਦੇ ਪਾਰਲੀਮੈਂਟ ਮੈਂਬਰਸ ਅਲੈਕਸੈਂਡਰ ਮੈਂਡਿਸ ਨੇ ਕਿਹਾ ਹੈ ਕਿ ਪਾਰਟੀ ਅੰਦਰ ਇਹੀ ਆਵਾਜ਼ਾਂ ਉੱਠ ਰਹੀਆਂ ਨੇ ਕਿ ਪੀਐਮ ਜਸਟਿਨ ਟਰੂਡੋ ਹੁਣ ਅਲਵਿਦਾ ਕਹਿ ਦੇਣਾ ਚਾਹੀਦਾ ਹੈ। ਉਹਨਾਂ ਪੀਐਮ ਵਜੋਂ ਟਰੂਡੋ ਦੀ ਤਾਰੀਫ ਵੀ ਕੀਤੀ ਹੈ। ਕੈਨੇਡਾ ਵਿੱਚ ਹੁਣ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਨੇ, ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੀ ਗੌਰਮੈਂਟ ਡਿੱਗਣ ਦੀ ਸੰਭਾਵਨਾ ਹੈ। ਜੇਕਰ ਉਹਨਾਂ ਦੀ ਸਰਕਾਰ ਡਿੱਗਦੀ ਹੈ ਤਾਂ ਮੱਧਕਾਲੀਨ ਚੋਣਾਂ ਹੋ ਸਕਦੀਆਂ ਨੇ। ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸਪਲਾਈ ਐਂਡ ਕੌਨਫੀਡੈਂਸ ਐਗਰੀਮੈਂਟ ਰੱਦ ਕਰਕੇ ਟਰੂਡੋ ਦੀ ਪਾਰਟੀ ਨਾਲ ਉਹਨਾਂ ਦਾ ਤੋੜ ਲਿਆ ਸੀ। ਮਾਰਚ 2022 ਵਿੱਚ ਦੋਵਾਂ ਪਾਰਟੀਆਂ ਵਿੱਚ ਗੱਠਜੋੜ ਹੋਇਆ ਸੀ। ਕੈਨੇਡਾ ਦੇ ਹਾਊਸ ਆਫ ਕਾਮਨਸ ਵਿੱਚ ਕੁੱਲ 338 ਸੀਟਾਂ ਨੇ। ਲਿਬਰਲ ਪਾਰਟੀ ਦੇ 154 ਪਾਰਲੀਮੈਂਟ ਮੈਂਬਰ ਨੇ ਐਨਡੀਪੀ ਦੀ ਹਮਾਇਤ ਵਾਪਸ
ਲੈਣ ਨਾਲ ਗਵਰਨਮੈਂਟ ਘੱਟ ਗਿਣਤੀ ਵਿੱਚ ਰਹਿ ਗਈ। ਕੈਨੇਡਾ ਚ ਸਰਵੇਖਣ ਇਹ ਵੀ ਦੱਸਦੇ ਨੇ ਕਿ ਮੌਜੂਦਾ ਸਮੇਂ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ 15-20 ਅੰਕਾਂ ਨਾਲ ਅੱਗੇ ਹੈ। ਅਜਿਹੀ ਚ ਅਗਲੀਆਂ ਚੋਣਾਂ ਚ ਵੀ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਹੈ। ਚੋਣਾਂ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਹਟਣਾ ਕਿਸੇ ਵੀ ਤਰ੍ਹਾਂ ਤੈਅ ਮੰਨਿਆ ਜਾ ਸਕਦਾ ਹੈ। ਟਰੂਡੋ ਸਰਕਾਰ ਦੇ ਫੈਸਲੇ ਨਾਲ ਭਾਰਤੀਆਂ ਨੂੰ ਵੱਡਾ ਝਟਕਾ, ਕਾਮਿਆਂ ਲਈ ਨਵਾਂ ਨਿਯਮ ਲਾਗੂ। ਕੈਨੇਡਾ ਦੀ ਟਰੂਡੋ ਗਵਰਨਮੈਂਟ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕਰਨ ਜਾ ਰਹੀ ਹੈ। 26 ਸਤੰਬਰ ਤੋਂ ਨਵੇਂ ਨਿਯਮ ਤਹਿਤ ਕੈਨੇਡਾ ਦੀਆਂ ਕੰਪਨੀਆਂ ਆਪਣੀ ਘੱਟ ਤਨਖਾਹ ਵਾਲੇ ਸਿਰਫ 10% ਮੁਲਾਜ਼ਮਾਂ ਨੂੰ ਹੀ ਵਿਦੇਸ਼ੀ ਕਾਮਿਆਂ ਵਜੋਂ ਰੱਖ ਸਕਣਗੀਆਂ। ਇਹ ਵੱਡੀ ਕਟੌਤੀ ਹੈ ਕਿਉਂਕਿ ਪਹਿਲਾਂ ਇਸ ਸ਼੍ਰੇਣੀ ਦੇ 20% ਵਿਦੇਸ਼ੀ ਕਾਮਿਆਂ ਨੂੰ ਵਰਕਫੋਰਸ ਵਿੱਚ ਰੱਖਿਆ ਜਾ ਸਕਦਾ ਸੀ। ਟਰੂਡੋ ਸਰਕਾਰ ਨੇ ਦੇਸ਼ ਵਿੱਚ ਵੱਧਦੀ ਬੇਰੁਜ਼ਗਾਰੀ ਕਾਰਨ ਵੱਧਦੇ ਦਬਾਅ ਨਾਲ ਨਜਿੱਠਣ ਲਈ ਇਹ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਦੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ। ਕੈਨੇਡਾ ਵਿੱਚ ਕੰਪਨੀਆਂ ਨੂੰ ਅਸਥਾਈ ਆਧਾਰ ਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਜਦੋਂ ਯੋਗ ਕੈਨੇਡੀਅਨ ਨਹੀਂ ਲੱਭ ਸਕਦੇ। ਇਹ ਮਿਆਦ ਆਮ ਤੌਰ ਤੇ 2 ਸਾਲ ਤੱਕ ਰਹਿੰਦੀ ਹੈ। ਕੰਪਨੀਆਂ ਜਾਂ ਰੁਜ਼ਗਾਰਦਾਤਾਵਾਂ ਨੂੰ ਲਾਜ਼ਮੀ ਤੌਰ ਤੇ ਇਹ ਦਿਖਾਉਣਾ ਪੈਂਦਾ ਹੈ ਕਿ ਉਹਨਾਂ ਨੇ ਵਿਦੇਸ਼ੀ ਲੋਕਾਂ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਕੈਨੇਡੀਅਨ ਕਾਮਿਆਂ ਦੀ ਭਰਤੀ ਲਈ ਹਰ ਕੋਸ਼ਿਸ਼ ਕੀਤੀ ਹੈ। ਸਰਕਾਰ ਦੇ ਇਸ ਕਦਮ ਨਾਲ ਉਹਨਾਂ ਭਾਰਤੀਆਂ ਤੇ ਸਿੱਧਾ ਅਸਰ ਨਹੀਂ ਪਵੇਗਾ ਜੋ ਪਹਿਲਾਂ ਹੀ TFW ਪ੍ਰੋਗਰਾਮ ਤਹਿਤ ਕੈਨੇਡਾ 'ਚ ਕੰਮ ਕਰ ਰਹੇ ਨੇ। ਹਾਲਾਂਕਿ ਜਿਨ੍ਹਾਂ ਭਾਰਤੀਆਂ ਦੀ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ ਉਹਨਾਂ ਨੂੰ ਤੁਰੰਤ ਸਾਵਧਾਨ ਰਹਿਣ ਦੀ ਲੋੜ ਹੈ। ਇਮੀਗ੍ਰੇਸ਼ਨ ਰਿਫਿਊਜ਼ਿਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀ ਸੰਚਾਰ ਸਲਾਹਕਾਰ ਮੈਰੀ ਰੋਜ਼ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਹੈ ਕਿ TFW ਪ੍ਰੋਗਰਾਮ ਅਧੀਨ ਕੰਮ ਕਰਨ ਦੇ ਇਛੁੱਕ ਵਿਦੇਸ਼ੀ ਨਾਗਰਿਕਾਂ ਨੂੰ ਰੁਜ਼ਗਾਰਦਾਤਾਵਾਂ ਦੁਆਰਾ ਤਾਇਨਾਤ ਕੀਤੇ ਗਏ ਅਹੁਦਿਆਂ ਲਈ ਅਰਜ਼ੀ ਦੇਣੀ ਚਾਹੀਦੀ ਹੈ। ਨਿਊਯਾਰਕ 'ਚ ਟੈਰੋਰਿਸਟ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਸ਼ੱਕੀ ਸਟੂਡੈਂਟ ਆਇਆ ਵੀਜ਼ਾ ਤੇ ਕੈਨੇਡਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜਿਸ ਨੂੰ ਪਿਛਲੇ ਹਫ਼ਤੇ ਕਥਿਤ ਤੌਰ 'ਤੇ ਸਮੂਹਿਕ ਗੋਲੀਬਾਰੀ ਕਾਰਨ ਲਈ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਇਆ ਹੈ। 20 ਸਾਲ ਦਾ ਮੁਹੰਮਦ ਸ਼ਾਹਜ਼ੇਬ ਖਾਨ ਕਿਊਬੈਕ ਦੇ ਓਰਮਸ ਟਾਊਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਨੂੰ ਕੈਨੇਡਾ ਅਤੇ ਅਮਰੀਕਾ ਦੋਵਾਂ ਦੇਸ਼ਾਂ ਵਿੱਚ ਟੈਰੋਰਿਸਟ ਸੰਬੰਧੀ ਮਾਮਲਿਆਂ 'ਚ ਚਾਰਜ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਹੈ ਕਿ ਸ਼ਾਹਜ਼ੇਬ ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਸਨੂੰ May 2023 ਵਿੱਚ ਸਟੂਡੈਂਟ ਵੀਜ਼ਾ ਮਿਲਿਆ ਸੀ। ਉਹ June 2023 ਵਿੱਚ ਕੈਨੇਡਾ ਪਹੁੰਚ ਗਿਆ ਸੀ। ਮਿਲਰ ਨੇ ਕਿਹਾ ਹੈ ਕਿ ਉਹ ਸ਼ੱਕੀ ਬਾਰੇ ਹੋਰ ਵੇਰਵੇ ਪ੍ਰਦਾਨ ਨਹੀਂ ਕਰਨਗੇ। ਨਨਾਈਮੋ ਵਿੱਚ ਲਿਬਰਲ ਕੋਕਸ ਬੈਠਕ ਦੌਰਾਨ ਗੱਲ ਕਰਦਿਆਂ ਮਿਲਰ ਨੇ ਕਿਹਾ ਕਿ ਜ਼ਾਹਿਰ ਹੈ ਕਿ ਅਪਰਾਧਿਕ ਮਾਮਲੇ ਦਰਜ ਹੋਣੇ ਨੇ। ਅਮਰੀਕਨ ਅਧਿਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਸ਼ਾਹਜ਼ੇਬ ਖਾਨ ਦਾ ISIS ਦੇ ਸਮਰਥਨ ਵਿੱਚ ਨਿਊਯਾਰਕ ਦੇ ਬਰੁਕਲਿਨ ਵਿੱਚ ਸਥਿਤ ਇੱਕ ਯਹੂਦੀ ਸੈਂਟਰ ਵਿੱਚ ਸਮੂਹਿਕ ਗੋਲੀਬਾਰੀ ਨੂੰ ਅੰਜਾਮ ਦੇਣ ਲਈ ਆਟੋਮੈਟਿਕ ਅਤੇ ਸੈਮੀ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਨ ਦਾ ਇਰਾਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਣਕਾਰੀ ਉਹਨਾਂ ਨੂੰ ਸ਼ੱਕੀ ਅਤੇ 2 ਗੁਪਤ ਆਫਿਸਰਸ ਵਿਚਕਾਰ ਗੱਲਬਾਤ ਤੋਂ ਪ੍ਰਾਪਤ ਹੋਈ ਹੈ। ਸ਼ਾਹਜ਼ੇਬ ਖਾਨ ਤੇ ਕੈਨੇਡਾ 'ਚ 3 ਦੋਸ਼ ਆਇਦ ਕੀਤੇ ਗਏ ਨੇ। ਮਾਰਕ ਕਾਰਨੀ ਲਿਬਰਲਾਂ ਦੇ ਆਰਥਿਕ ਸਲਾਹਕਾਰ ਬਣੇ। ਪੀਐਮ ਜਸਟਿਨ ਟਰੂਡੋ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਲਿਬਰਲਾਂ ਦਾ ਨਵਾਂ ਆਰਥਿਕ ਸਲਾਹਕਾਰ ਚੁਣਿਆ ਹੈ। ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦੀ ਆਰਥਿਕ ਵਿਕਾਸ ਬਾਰੇ ਟਾਸਕ ਫੋਰਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਾਰਨੀ ਸਿੱਧਾ ਪੀਐਮ ਅਤੇ ਲਿਬਰਲ ਚੋਣ ਪਲੇਟਫਾਰਮ ਤਿਆਰ ਕਰਨ ਵਾਲੀ ਕਮੇਟੀ ਨੂੰ ਰਿਪੋਰਟ ਕਰਨਗੇ। ਕਾਰਨੀ ਇਸ ਹਫ਼ਤੇ BC ਦੇ ਨਨਾਈਮੋ ਵਿੱਚ ਚੱਲ ਰਹੀ ਲਿਬਰਲ ਕੌਕਸ ਦੀ ਬੈਠਕ ਵਿੱਚ ਵੀ ਸ਼ਾਮਿਲ ਹੋਣਗੇ ਅਤੇ ਭਾਸ਼ਣ ਦੇਣਗੇ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਕਾਰਨੀ ਨਵੇਂ ਵਿਚਾਰਾਂ ਦਾ ਵਿਕਾਸ ਕਰਨਗੇ ਅਤੇ ਪਾਰਟੀ ਨੂੰ ਕੈਨੇਡਾ ਦੀ ਆਰਥਿਕ ਸਫਲਤਾ ਲਈ ਇੱਕ ਵਿਵਹਾਰਿਕ ਕੇਂਦਰਿਤ ਅਤੇ ਉੱਚ ਪ੍ਰਭਾਵੀ ਦ੍ਰਿਸ਼ਟੀਕੋਣ ਤਿਆਰ ਕਰਨ
ਕਰਨ ਵਿੱਚ ਮਦਦ ਕਰਨਗੇ। ਮਾਰਕ ਕਾਰਨੀ 2008 ਤੋਂ 2013 ਤੱਕ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਨੇ। ਉਹ ਕੋਵਿਡ ਮਹਾਮਾਰੀ ਦੌਰਾਨ ਟਰੂਡੋ ਦੇ ਗੈਰ ਰਸਮੀ ਸਲਾਹਕਾਰ ਵੀ ਰਹੇ ਨੇ ਤੇ ਉਹਨਾਂ ਨੇ 2021 ਦੀ ਲਿਬਰਲ ਪਾਰਟੀ ਕਨਵੈਨਸ਼ਨ ਵਿੱਚ ਭਾਸ਼ਣ ਵੀ ਦਿੱਤਾ ਸੀ। ਉਸ ਭਾਸ਼ਣ ਤੋਂ ਬਾਅਦ ਅਜਿਹੇ ਅੰਦਾਜ਼ੇ ਵੀ ਲੱਗ ਸਕਦੇ ਨੇ ਕਿ ਸ਼ਾਇਦ ਮਾਰਕ ਕਾਰਨੀ ਅਗਲੇ ਲਿਬਰਲ ਲੀਡਰ ਹੋ ਸਕਦੇ ਨੇ। ਹਾਲ ਹੀ ਵਿੱਚ ਟਰੂਡੋ ਦੇ ਭਵਿੱਖ ਦੇ ਉੱਠ ਸਵਾਲਾਂ ਦੌਰਾਨ ਵੀ ਕਾਰਨੀ ਪਾਰਟੀ ਦੇ ਸੰਭਾਵੀ ਉੱਤਰਾਧਿਕਾਰੀ ਹੋਣ ਦੀਆਂ ਗੱਲਾਂ ਉੱਠੀਆਂ ਸੀ। ਅਗਲੀਆਂ ਚੋਣਾਂ ਅਕਤੂਬਰ 2025 ਵਿੱਚ ਹੋਣਗੀਆਂ। ਪਾਰਟੀ ਸਰਕਾਰ ਹਾਊਸ ਆਫ ਕਾਮਨਸ ਵਿੱਚ ਭਰੋਸਗੀ ਦਾ ਮਤਾ ਹਾਰਦੀ ਹੈ ਤਾਂ ਚੋਣਾਂ ਪਹਿਲਾਂ ਵੀ ਹੋ ਸਕਦੀਆਂ ਨੇ। ਐਨਡੀਪੀ ਨਾਲ ਤੋੜੇ ਵਿਛੋੜੇ ਮਗਰੋਂ ਇਸ ਗੱਲ ਦੀ ਸੰਭਾਵਨਾ ਵੀ ਵੱਧ ਗਈ ਹੈ। ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ। ਫਿਰ ਹੋਵਾਂਗੇ ਹਾਜ਼ਰ ਨਵੇਂ ਅਪਡੇਟਸ ਦੇ ਨਾਲ। ਉਦੋਂ ਤੱਕ ਮੈਨੂੰ ਨਿਸ਼ੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।